ਸੱਚਾਈ ਦੱਸਣ ਲੱਗਾ ਕਿ ਜੇਕਰ ਬਾਪੂ ਜੀ ਅੱਜ ਬੋਲ ਨਹੀਂ ਪਾ ਰਹੇ ਨਾ, ਉਹਦੀ ਵਜ੍ਹਾ ਮੈਂ ਆ। ਇਹ ਸਾਰੇ ਬਾਪੂ ਜੀ ਪਲੀਜ਼, ਮੈਂ ਰੁਕ ਨਹੀਂ ਪਾ ਰਿਹਾ, ਪਤਾ ਨਹੀਂ ਇਹ ਸੱਚ। ਮੈਂ ਕਿਵੇਂ ਯਾਰ, ਸੱਚੀ ਸੱਚੀ ਪਿਓ ਹੈ ਯਾਰ, ਸੱਚੀ ਪਿਓ ਹੈ ਬਾਈ, ਸੱਚ ਜਾਣਿਓ। ਅੱਜ ਤੋਂ ਇੱਕ ਮਹੀਨਾ ਪਹਿਲਾਂ ਗਲਾ ਮੇਰਾ ਬੰਦ ਹੋਇਆ ਸੀ। ਮੇਰੇ ਘਰ ਤੋਂ ਸਾਈਂ ਜੀ ਨੂੰ ਮੈਸੇਜ ਲੱਗਿਆ ਕਿ ਉਹਦਾ ਗਲਾ ਨਹੀਂ ਠੀਕ, 103 ਬੁਖਾਰ ਹੈ। ਔਰ ਜਦੋਂ ਇਹਨਾਂ ਨੂੰ ਮੈਸੇਜ ਮਿਲਿਆ, ਸਾਈਂ ਜੀ ਤੱਕ ਮੈਸੇਜ ਪਹੁੰਚਿਆ, ਸੱਚ ਜਾਣਿਓ ਮੈਂ ਠੀਕ ਹੋ ਗਿਆ, ਮੇਰਾ ਬਾਪੂ ਹੋਸਪਿਟਲ ਐਡਮਿਟ ਹੋ ਗਿਆ। ਮੈਨੂੰ ਜਦੋਂ ਸਵੇਰੇ ਮੈਂ ਭਾਅ ਜੀ ਨੂੰ ਫੋਨ ਕੀਤਾ, ਮੈਂ ਕਿਹਾ ਭਾਅ ਜੀ ਬਾਪੂ ਜੀ ਨਾਲ ਗੱਲ ਕਰਾ ਲਓ, ਕਹਿੰਦੇ ਸਾਈਂ ਜੀ ਹੁਣੇ ਸਵੇਰੇ 8 ਵਜੇ ਹੋਸਪਿਟਲ ਐਡਮਿਟ ਸੀਗੇ, ਸਵੇਰੇ 8 ਵਜੇ ਛੁੱਟੀ ਮਿਲੀ ਹੈ। ਔਰ ਗਲੇ ਦਾ ਆਪਰੇਸ਼ਨ ਮੇਰਾ ਹੋਣਾ ਸੀ, ਲੇਕਿਨ ਆ ਬਾਪੂ ਦਾ ਹੋ ਗਿਆ ਯਾਰ।